ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਡੇ ਵੱਡੇ ਵਿਦਵਾਨਾਂ ਦੀ ਕੰਡ ਲਵਾਉਣ ਵਾਲੇ ਆ ਕਿਵੇਂ ਆ ਆਉ ਆਪਾਂ ਸਰਵਨ ਕਰੀਏ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਚਾਰ ਕਰਦੇ ਕਰਦੇ ਕੁਲ ਖੇਤਰ ਦੀ ਧਰਤੀ ਤੇ ਪਹੁੰਚੇ ਜਦੋਂ ਕੁਲ ਖੇਤਰ ਦੀ ਧਰਤੀ ਤੇ ਪਹੁੰਚੇ ਤੇ ਉਸ ਜਗ੍ਹਾ ਤੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਤੇ ਸੂਰਜ ਗ੍ਰਹਿਣ ਲੱਗਣ ਕਰਕੇ ਜਿਹੜਾ ਉੱਥੋਂ ਦਾ ਰਾਜਾ ਸੀ ਉਹਨੇ ਅਨਾਉਂਸਮੈਂਟ ਕਰਾਈ ਸੀ ਢੰਡੋਰਾ ਪਟਵਾਇਆ ਸੀ ਨਗਰਾਂ ਦੇ ਅੰਦਰ ਵੀ ਕੋਈ ਅੱਜ ਦੇ ਦਿਨ ਚੁੱਲ੍ਹਾ ਨਹੀਂ ਬਾਲੇਗਾ ਤੇ ਅੱਜ ਸਾਰੇ ਹੀ ਜਿਹੜੇ ਕਨਵਰਤ ਰੱਖਣਗੇ ਕਿਸੇ ਦੇ ਘਰ ਵੀ ਅੱਗ ਨਹੀਂ ਬਲੇਗੀ ਇਸ ਸਾਖੀ ਨੂੰ ਸੁਣ ਲੱਗਿਆ ਜੇਰਾ ਰੱਖਿਓ ਕਿਉਂਕਿ ਇਹਦੇ ਵਿੱਚ ਜੋ ਹੈ ਵਿਵਾਦ ਇੱਕ ਇਹ ਮਤਲਬ ਕਿ ਮਾਸ ਦੀ ਜਿਹੜੀ ਗੱਲ ਕੀਤੀ ਗਈ ਪਰ ਜੋ ਮੈਂ ਕਲੀਅਰ ਕਰਾਂਗਾ ਇਸ ਗੱਲ ਨੂੰ ਵੀ ਕਿਦਾਂ ਜਦੋਂ ਤੁਸੀਂ ਇਤਿਹਾਸ ਪੜੋਗੇ ਉੱਥੇ ਇਹ ਆਉਂਦੀ ਹੈ ਘਟਨਾ ਵੀ ਇੱਕ ਰਾਜੇ ਦਾ ਪੁੱਤਰ ਜਿਹਦਾ ਪਿਓ ਮਰ ਗਿਆ ਤੇ ਦੂਜੇ ਰਾਜੇ ਨੇ ਉਹਦੇ ਉੱਪਰ ਕਬਜ਼ਾ ਕਰ ਲਿਆ ਕਬਜ਼ਾ ਕਰਨ ਕਰਕੇ ਉਸ ਰਾਜੇ ਦੇ ਪੁੱਤਰ ਨੇ ਤੇ ਉਹਦੀ ਮਾਂ ਨੇ ਆ ਕਰਕੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਉਟਾਸਰਾ ਤੱਕਿਆ ਤੇ ਕਿਹਾ ਸਤਿਗੁਰੂ ਜੀ ਸਾਡੇ ਤੋਂ ਰਾਜ ਭਾਗ ਖੋਲਿਆ ਗਿਆ ਹੈ ਰਾਜ ਭਾਗ ਸਾਡਾ ਸੀ ਪਰ ਇਹਦਾ ਪਿਓ ਮਰਨ ਕਰਕੇ ਛੋਟਾ ਹੋਣ ਕਰਕੇ ਇਹਨਾਂ ਨੇ ਸਾਡੇ ਤੋਂ ਰਾਜ ਖੁੱਤਾ ਕਿਰਪਾ ਕਰੋ ਸਾਡੇ ਤੇ ਗਰੀਬ ਨਵਾਜ਼ੀ ਕਰੋ ਉਥੇ ਮਰੇ ਕੋਈ ਮਿਰਗ ਦੀ ਗੱਲ ਆਉਂਦੀ ਹੈ ਵੀ ਉਹ ਅਰਪਣ ਕੀਤਾ ਪਰ ਰਿੱਧਿਆ ਕੇ ਨਹੀਂ ਇਹ ਗੱਲ ਬਿਲਕੁਲ ਵੀ ਟੋਟਲੀ ਜੜੀ ਹੈ ਗਲਤ ਹੈ ਕਿਉਂਕਿ ਜਦੋਂ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਤੇ ਉੱਥੇ ਖੀਰ ਦੀ ਗੱਲ ਹੁੰਦੀ ਹੈ ਕਿ ਜਦੋਂ ਨਾਨੂ ਪੰਡਤ ਹਾਰ ਜਾਂਦਾ ਹੈ ਤੇ ਸਤਗੁਰਾਂ ਨੇ ਸਾਰਿਆਂ ਨੂੰ ਖੀਰ ਖਵਾਈ ਸੀ ਖੀਰ ਦਾ ਜ਼ਿਕਰ ਆਉਂਦਾ ਸੋ ਆਪਾਂ ਗੱਲ ਕਰੀਏ ਇਤਿਹਾਸ ਦੀ ਕਿ ਜਦੋਂ ਸਤਗੁਰੂ ਜੀ ਕਰਸ਼ੇਤਰ ਦੀ ਧਰਤੀ ਤੇ ਗਏ ਨਾ ਤੇ ਕਹਿੰਦੇ ਕਿ ਕਿਸੇ ਦੇ ਘਰ ਦੇ ਅੰਦਰ ਵੀ ਚੁੱਲ੍ਹਾ ਨਹੀਂ ਸੀ ਤਪ ਰਿਆ ਔਰ ਬੰਦ ਸਨ ਸਾਰਿਆਂ ਦੇ ਤੇ ਅਨਾਉਂਸਮੈਂਟ ਕੀਤੀ ਹੋਈ ਸੀ ਵੀ ਕੋਈ ਚੁੱਲਾ ਨਹੀਂ ਬਾਲੇਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚੁੱਲਾ ਬਾਲਿਆ ਅੱਗ ਬਾਲੀ ਤੇ ਕਹਿੰਦੇ ਕਰਨ ਉਸ ਜਗ੍ਹਾ ਦੇ ਉੱਪਰ ਸਤਗੁਰਾਂ ਨੇ ਧਰ ਦਿੱਤਾ ਪ੍ਰਸ਼ਾਦ ਪਾਣੀ ਲੰਗਰ ਬਣਾਉਣ ਦੇ ਲਈ ਹੁਣ ਜਦੋਂ ਬਨ ਰਿਆ ਸੀ ਉਹ ਧੂਆਂ ਉੱਡਿਆ ਤੇ ਧੂਆਂ ਦੂਰ ਦੂਰ ਤੱਕ ਜਿਹੜਾ ਹੈ ਨਜ਼ਰ ਆਇਆ ਖੇਤਰ ਦੀ ਧਰਤੀ ਦਾ ਜਿਹੜਾ ਸਭ ਤੋਂ ਵਿਦਵਾਨ ਪੰਡਤ ਸੀ ਉਹਦਾ ਨਾਂ ਸੀ ਨਾਨੂ ਪੰਡਤ ਤੇ ਨਾਨੂ ਪੰਡਤ ਬਹੁਤ ਜ਼ਿਆਦਾ ਵੱਡਾ ਵਿਦਵਾਨ ਸੀ ਇਹ ਕਹ ਲਓ ਕਿ ਵੱਡੇ-ਵੱਡੇ ਸ਼ਾਸਤਰੀਆਂ ਤੋਂ ਵੱਡੇ-ਵੱਡੇ ਤਤਵੇਤਾਂ ਤੋਂ ਵੱਡੇ-ਵੱਡੇ ਗਿਆਨੀਆਂ ਤੋਂ ਜਿਹੜਾ ਸੀ ਉਹ ਜਿੱਤਿਆ ਹੋਇਆ ਸੀ ਬੜੇ ਸ਼ਸਤਰਾਂ ਦਾ ਗਿਆਤਾ ਸੀ ਇੱਥੋਂ ਤੱਕ ਕਿ ਭਵਿੱਖਤ ਗ੍ਰੰਥ ਵੀ ਉਹਨੇ ਪੜ੍ਹੇ ਹੋਏ ਸਨ ਤੇ ਭਵਿੱਖ ਬਾਰੇ ਵੀ ਉਹ ਜਾਣਦਾ ਸੀ ਜੋ ਗੱਲ ਕਬੀਰ ਰਾਜ ਲਿਖਦੇ ਆ ਉਹ ਕਹਿੰਦੇ ਇੱਥੋਂ ਤੱਕ ਵੀ ਉਹਨੂੰ ਇਹ ਵੀ ਪਤਾ ਸੀ ਵੀ ਗੁਰੂ ਨਾਨਕ ਸਾਹਿਬ ਕਲਯੁਗ ਦੇ ਅੰਦਰ ਅਵਤਾਰ ਹੋਣਗੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਤਪ ਦੀ ਕੋਈ ਲਕਾਈ ਨੂੰ ਜਿਹੜਾ ਹੈ ਤਾਰਨਗੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭੁੱਲੇ ਪਟਕਿਆਂ ਨੂੰ ਸਿੱਧੇ ਰਸਤੇ ਪਾਉਣਗੇ ਤੇ ਕਹਿੰਦੇ ਉਹਨੇ ਆਪਣਾ ਨਾਮ ਕਲਯੁਗ ਦੇ ਵਿੱਚ ਨਾਨਕ ਰੱਖ ਲਿਆ ਸੀ ਕਿਉਂਕਿ ਗਿਆਨੀ ਬਹੁਤ ਵੱਡਾ ਸੀ ਵਿਦਵਾਨ ਬਹੁਤ ਵੱਡਾ ਸੀ ਜਿੱਥੇ ਵੀ ਚਰਚਾ ਕਰਨ ਜਾਂਦਾ ਸੀ ਵੱਡੇ ਵੱਡੇ ਜਿਹੜੇ ਕਰਨ ਲੋਕ ਆਪਣੇ ਆਪ ਨੂੰ ਤਤ ਬੇਤਾ ਕਹਿਣ ਵਾਲੇ ਆਪਣੇ ਆਪ ਨੂੰ ਇਹ ਕਹਿਣ ਵਾਲੇ ਵੀ ਸਾਡੇ ਵਰਗਾ ਵਿਦਵਾਨ ਕੋਈ ਨਹੀਂ ਉਹ ਨਾਨੂ ਪੰਡਤ ਦੇ ਪੈਰਾਂ ਦੇ ਉੱਪਰ ਮੱਥਾ ਟੇਕਦੇ ਸਨ ਜਦੋਂ ਅੱਗ ਲੱਗੀ ਵੇਖੀ ਤੇ ਭਾਂਬੜ ਮੱਚਦਾ ਵੇਖਿਆ ਧੂਆ ਉੱਠਦਾ ਵੇਖਿਆ ਤੇ ਕਹਿੰਦੇ ਗਨ ਨਾਲ ਦੇ ਜਿਹੜੇ ਸਨ ਨਾਨੂ ਪੰਡਤ ਉਹ ਨਾਨੂ ਪੰਡਤ ਕੋਲ ਗਏ ਕਹਿੰਦੇ ਤੁਸੀਂ ਤੇ ਟੰਡੋਰਾ ਪਟਾਇਆ ਪਰ ਉੱਥੇ ਕੋਈ ਇੱਕ ਆਮ ਬੰਦਾ ਆ ਕਰਕੇ ਨਾ ਜਿਹਦਾ ਨਾਂ ਆ ਕਰਕੇ ਉਹਨੇ ਅੱਗ ਬਾਲੀ ਹੋਈ ਹੈ ਤੇ ਉੱਥੇ ਲੰਗਰ ਬਣਾ ਰਿਹਾ ਕਿਸੇ ਦੇ ਘਰ ਦੇ ਅੰਦਰ ਅੱਜ ਦੇ ਦਿਨ ਚੁੱਲ੍ਹਾ ਨਹੀਂ ਤਪ ਰਿਹਾ ਤੇ ਕਹਿੰਦੇ ਉਸ ਜਗ੍ਹਾ ਦੇ ਉੱਪਰ ਉਹ ਜਿਹੜਾ ਹੈ ਅੱਗ ਬਾਲ ਕਰਕੇ ਮਾਸ ਬਣਾ ਰੇ ਹੁਣ ਮਾਸ ਦੀ ਗੱਲ ਉਹਨਾਂ ਕੀਤੀ ਪਰ ਇਹ ਉਹਨਾਂ ਵੱਲੋਂ ਜਾ ਕਰਕੇ ਝੂਠ ਬੋਲਿਆ ਗਿਆ ਹੋ ਸਕਦਾ ਇਸ ਕਰਕੇ ਉਹਨਾਂ ਕਿਹਾ ਵੀ ਮਾਸ ਬਣਾ ਰਿਆ ਤੇ ਨਾਨੂ ਪੰਡਤ ਤੇ ਸੁਣ ਕੇ ਲੋਹਾ ਲੱਖਾ ਹੋ ਗਿਆ ਉਹਨੇ ਆਪਣੇ ਨਾਲ ਗੁੰਡਿਆਂ ਨੂੰ ਇਕੱਠਾ ਕੀਤਾ ਉਹਨਾਂ ਨਾਲ ਦਿਆਂ ਨੇ ਡਾਂਗਾ ਸੋਟੇ ਚੱਕੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਮਾਰਨ ਦੇ ਲਈ ਆ ਗਏ ਜਦੋਂ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ ਉੱਥੇ ਆ ਗਏ ਸਤਗੁਰਾਂ ਨੂੰ ਮਾਰਨ ਲਈ ਡਾਂਗਾ ਸੋਟੇ ਚੁੱਕ ਕੇ ਤੇ ਜਦੋਂ ਮਾਰਨ ਲਈ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਆ ਕਰਕੇ ਨਾਨੂ ਪੰਡਤ ਕਹਿੰਦਾ ਕੌਣ ਹੈ ਤੂੰ ਹੁਣ ਇਸ ਗੱਲ ਨੂੰ ਵਿਚਾਰਿਓ ਮੈਂ ਬਹੁਤ ਵਿਚਾਰਿਆ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਸ਼ਬਦ ਦੀ ਤਾਕਤ ਹੈ ਗੁਰੂ ਨਾਨਕ ਸਾਹਿਬ ਨੇ ਕੋਈ ਕਿਸੇ ਤੇ ਡਾਂਗ ਨਹੀਂ ਚਲਾਈ ਸੋਟਾ ਨਹੀਂ ਚਲਾਇਆ ਜਦੋਂ ਵੀ ਜਿੱਤਿਆ ਕਿਸੇ ਨੂੰ ਸ਼ਬਦ ਰਾਹੀਂ ਜਿੱਤਿਆ ਅੱਪਾ ਅੱਗੇ ਗੱਲ ਕਰਾਂਗੇ ਵੀ ਸ਼ਬਦ ਜਿੱਤੀ ਸਿੱਧ ਮੰਡਲੀ ਪਰ ਗੱਲ ਇਹ ਕਿ ਜਦੋਂ ਗੁਰੂ ਨਾਨਕ ਸਾਹਿਬ ਤੇ ਕੋਈ ਚੜਾਈ ਕਰਕੇ ਵੀ ਆਇਆ ਨਾ ਤੇ ਜੇ ਪਹਿਲਾਂ ਉਹਨੇ ਵਿਚਾਰ ਸ਼ੁਰੂ ਕਰ ਲਈ ਜੇ ਤਾਂ ਗੁਰੂ ਨਾਨਕ ਸਾਹਿਬ ਨੂੰ ਆ ਕੇ ਮਾਰਨ ਲੱਗ ਜਾਂਦੇ ਤੇ ਹੋ ਸਕਦਾ ਡਾਂਗਾ ਸੋਟਿਆ ਨਾ ਗੁਰੂ ਨਾਨਕ ਸਾਹਿਬ ਨੂੰ ਮਾਰ ਦਿੰਦੇ ਖਤਮ ਕਰ ਦਿੰਦੇ ਪਰ ਆਉਂਦਿਆ ਕਿ ਨਾਨੂ ਪੰਡਤ ਨੇ ਵਿਚਾਰ ਸ਼ੁਰੂ ਕਰ ਦਿੱਤੀ ਉਹ ਵਿਚਾਰ ਚਰਚਾ ਸ਼ੁਰੂ ਜਦੋਂ ਹੋ ਗਈ ਤੇ ਫਿਰ ਮੈਂ ਕਿੰਨਾ ਉਨਾਂ ਵੀ ਗੁਰੂ ਨਾਨਕ ਸਾਹਿਬ ਤੇ ਚੱਲਦੀ ਫਿਰਦੀ ਲਾਇਬ੍ਰੇਰੀ ਐ ਇਹ ਨਹੀਂ ਕਿ ਸਾਡੇ ਵਰਗੇ ਗਿਆਨੀਆਂ ਨੂੰ ਜੇ ਕੋਈ ਸਵਾਲ ਕਰੇ ਤੇ ਅਸੀਂ ਕਾਂਗੇ ਪੜ੍ਹ ਕੇ ਦੱਸਾਂਗੇ ਜੀ ਵਿਚਾਰ ਕੇ ਦੱਸਾਂਗੇ ਜੀ ਅਸੀਂ ਫਿਰ ਕੱਲ ਦੱਸਾਂਗੇ ਪਰਸੋਂ ਦੱਸਾਂਗੇ ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਕੋਈ ਸਵਾਲ ਕਰਦਾ ਤੇ ਸਹਿਬ ਗੁਰੂ ਨਾਨਕ ਸਾਹਿਬ ਨਹੀਂ ਕਹਿੰਦੇ ਕੱਲ ਦੱਸਾਂਗੇ ਪਰਸੋਂ ਦੱਸਾਂਗੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਹਮਣੇ ਬਹਿ ਤੈਨੂੰ ਮੈਂ ਦੱਸਦਾ ਔਰ ਤੈਨੂੰ ਪ੍ਰਤੱਖ ਵਿਖਾ ਵੀ ਦੇਣਾ ਤੇ ਸਤਗੁਰੂ ਪ੍ਰਤੱਖ ਵੀ ਵਖਾंदे ਤੇ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਦੱਸਦੇ ਵੀ ਨਾਨੂ ਪੰਡਤ ਕਹਿੰਦਾ ਕੌਣ ਐ ਤੂੰ ਤੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਨਾਨਕ ਕਹਿੰਦੇ ਆ ਮੇਰਾ ਨਾਮ ਨਾਨਕ ਹੈ ਕੋਈ ਨਾਨਕ ਤਪਾ ਕਹਿੰਦਾ ਕੋਈ ਨਾਨਕ ਗੁਰੂ ਕਹਿੰਦਾ ਆਪਣੇ ਆਪਣੇ ਹਿਸਾਬ ਨਾਲ ਕੋਈ ਬੁਲਾਉਂਦਾ ਹੈ ਸਤਗੁਰੂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆਪਣਾ ਨਾਮ ਦੱਸਿਆ ਉਹ ਇਹ ਲਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਕਲਯੁਗ ਵਿੱਚ ਇਕ ਨਾਨਕ ਹੋਏਗਾ ਜਿਹਨੇ ਕੁੱਲ ਜਹਾਨ ਨੂੰ ਤਾਰਨਾ ਹੈ ਜਗਤ ਨੂੰ ਤਾਰਨਾ ਹੈ ਉਹ ਰੱਬ ਦੀ ਜੋਤ ਹੋਏਗਾ ਜਿਸ ਨੂੰ ਪਟਸਾਭਾਣਾ ਨੇ ਲਿਖਿਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਜਦੋਂ ਨਾਨੂ ਪੰਡਤ ਸਵਾਲ ਕਰਦਾ ਤੇ ਕਹਿੰਦਾ ਤੈਨੂੰ ਪਤਾ ਨਹੀਂ ਅਜ ਗ੍ਰਹਿਣ ਲੱਗਾ ਤੇ ਗ੍ਰਹਿਣ ਲੱਗਣ ਕਰਕੇ ਕਿਸੇ ਦਾ ਵੀ ਚੁੱਲ੍ਹਾ ਨਹੀਂ ਤਪ ਰਿਆ ਤੇ ਸਾਡੇ ਰਾਜੇ ਨੇ ਐਲਾਨ ਕੀਤਾ ਤੂੰ ਕਿਸ ਤਰੀਕੇ ਨਾਲ ਇੱਥੇ ਚੁੱਲ੍ਹਾ ਬਾਲ ਕੇ ਬਿਠਾ ਇੱਥੇ మాਸ ਰਿੰ ਰਿਆ ਕਿਉਂਕਿ ਹੁਣ ਆਹ ਗੱਲ ਨੂੰ ਸਮਝੋ ਕਈ ਵਾਰੀ ਨਾ ਕੋਈ ਚੀਜ਼ ਬਣਦੀ ਹੋਵੇ ਤੇ ਝੂਠਾ ਇਲਜ਼ਾਮ ਜਦੋਂ ਲਾਇਆ ਜਾਂਦਾ ਤੇ ਝੂਠਾ ਇਲਜ਼ਾਮ ਲਾਉਣ ਵਾਲਾ ਕਹਿ ਦਿੰਦਾ ਕਿ ਤੁਸੀਂ ਇੱਥੇ మాਸ ਰਿੰ ਰਨ ਲੇ ਹੁਣ ਮੰਨੋ ਇਦਾਂ ਹੀ ਜਿਨ੍ਹਾਂ ਨੇ ਜਾ ਕੇ ਦੱਸਿਆ ਸੀ ਉਹ ਕਹਿੰਦੇ ਤੁਸੀਂ మాਸ ਰਿੰ ਰ ਰਹੇ ਤੇ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਕੀਤੇ ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਚਲੋ ਤੁਸੀਂ మాਸ ਦੀ ਗੱਲ ਕਰ ਦਿਓ ਤੇ ਫਿਰ ਸਾਹਿਬ ਕਹਿੰਦੇ ਬਹਿ ਜਾਓ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਮੈਂ ਨਹੀਂ ਮਾਸ ਰਿੰ ਰਿਆ ਸਾਬ ਕਹਿੰਦੇ ਬੈਠੋ ਫਿਰ ਜੇ ਤੁਸੀਂ ਨਾਨੂ ਪੰਡਤ ਜੀ ਤੁਸੀਂ ਗੱਲ ਮਾਸ ਦੀ ਕੀਤੀ ਹੈ ਨਾ ਤੇ ਕਹਿੰਦਾ ਹਾਂ ਜੀ ਮਾਸ ਦੀ ਗੱਲ ਕੀਤੀ ਹੈ ਤੇ ਸਾਬ ਗੁਰੂ ਨਾਨਕ ਸਾਹਿਬ ਕਹਿੰਦੇ ਦੱਸੋ ਕਿਹੜੀ ਚੀਜ਼ ਮਾਸ ਤੋਂ ਬਾਰੀ ਹੈ ਸਾਰੀਆਂ ਚੀਜ਼ਾਂ ਤੇ ਮਾਸ ਦੀਆਂ ਬਣੀਆਂ ਨੇ ਜੀਬ ਮਾਸੇ ਕੀ ਆ ਜੀਬ ਮਾਸ ਦੀ ਬਣੀ ਹੈ ਸਰੀਰ ਮਾਸ ਦਾ ਹੈ ਸਭ ਕੁਝ ਮਾਸ ਦਾ ਹੈ ਸਭ ਕਹਿੰਦੇ ਮੰਮਾ ਮਾਸ ਗ੍ਰਾਸ ਜਿਸ ਦਿਨ ਪਹਿਲੇ ਦਿਨ ਬੱਚੇ ਨੇ ਮਾਂ ਦੇ ਅਸਤਨਾ ਨੂੰ ਮੂੰਹ ਲਾਇਆ ਸੀ ਉਹ ਵੀ ਮਾਸ ਹੀ ਸੀ ਤੇ ਉਸੇ ਮਾਸ ਚੋਂ ਦੁੱਧ ਜਿਹੜਾ ਸੀ ਅੰਦਰ ਗਿਆ ਸੀ ਉਸ ਦੁੱਧ ਦੇ ਵਿੱਚ ਵੀ ਉਹ ਛੋਟੇ ਛੋਟੇ ਮਾਸ ਦੇ ਟੁਕੜੇ ਹੀ ਆ ਤੇ ਇਸ ਕਰਕੇ ਸਤਿਗੁਰੂ ਕਹਿੰਦੇ ਬਹਿ ਜਾਓ ਫਿਰ ਸਵਾਲ ਕੀਤੇ ਨਾਨੂ ਪੰਡਤ ਨੇ ਕਿ ਧਰਮ ਦੇ ਵਿੱਚ ਵਿਵਰਜਿਤ ਹੈ ਅੱਜ ਸੂਰਿਆ ਗ੍ਰਹਿਣ ਲੱਗਾ ਤੇ ਦੂਰ ਦੂਰ ਤੱਕ ਕਿਸੇ ਦਾ ਚੁੱਲ੍ਹਾ ਨਹੀਂ ਤਪ ਰਿਹਾ ਕਿਉਂਕਿ ਅਸ਼ੁੱਧ ਮੰਨਿਆ ਜਾਂਦਾ ਹੈ ਇਸ ਦਿਨ ਕੋਈ ਚੁੱਲਾ ਤਪਾਵੇ ਤੇ ਤੁਸੀਂ ਬਹੁਤ ਵੱਡੇ ਕੁਕਰਮੀ ਪਾਪੀ ਹੋ ਤੁਸੀਂ ਬਹੁਤ ਵੱਡੇ ਇਖਤਿਆਰੇ ਹੋ ਜਿਨ੍ਹਾਂ ਨੇ ਅੱਜ ਦੇ ਦਿਨ ਮਾਸ ਰੰਨੇ ਆਇਆ ਤੇ ਗੁਰਦਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਾ ਤੈਨੂੰ ਸਮਝਾਣੇ ਆ ਸਭ ਕੁਝ ਮਾਸ ਤੋਂ ਬਣਿਆ ਇਹ ਦੱਸ ਵੀ ਕਿਹੜੀ ਚੀਜ਼ ਹੈ ਜਿਹੜੀ ਮਾਸ ਤੋਂ ਵਾਰੀ ਹੈ ਕਮਣ ਮਾਸ ਤੇ ਸਾਗ ਵਿਚਾਰ ਸਤਿਗੁਰੂ ਜੀ ਕਹਿੰਦੇ ਗੱਲ ਕਰ ਮਾਸ ਤੇ ਸਾਗ ਇਹਨਾਂ ਦੇ ਵਿੱਚ ਕੀ ਫਰਕ ਹੈ ਕਿਉਂਕਿ ਇਹ ਵਿਚਾਰ ਦਾ ਵਿਸ਼ਾ ਜੀ ਥੋੜਾ ਜਾਇ ਸੋਚੋ ਵੀ ਵਿਚਾਰ ਕੀਤੀ ਗਈ ਹੈ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਮਾਸ ਬਣਾਇਆ ਖਾਦਾ ਕਿ ਨਹੀਂ ਖਾਦਾ ਅਸੀਂ ਇਸ ਚਰਚਾ 'ਚ ਨਹੀਂ ਪੈਣਾ ਜੋ ਅਸਲ ਗੱਲ ਹੈ ਅਸੀਂ ਪੈਂਦੇ ਹੀ ਇਸ ਚਰਚਾ 'ਚੋਂ ਅਸਲ ਵਿਚਾਰ ਨਹੀਂ ਕਰਦੇ ਕਿਉਂਕਿ ਅੱਗੇ ਖੀਰ ਦੀ ਗੱਲ ਆਉਣੀ ਹੈ ਰਿੰਨਿਆ ਕੀ ਗਿਆ ਖਾਦਾ ਕੀ ਗਿਆ ਉਹ ਖੀਰ ਸੀ ਤੇ ਪਰ ਅਸੀਂ ਜੋ ਪ੍ਰਚਾਰਿਆ ਲੋਜੀ ਗੁਰੂ ਨਾਨਕ ਸਾਹਿਬ ਨੇ ਮਾਸ ਬਣਾ ਕੇ ਖਾਦਾ ਜੀ ਅਸੀਂ ਇਹ ਕੁਝ ਪ੍ਰਚਾਰ ਦਿੱਤਾ ਅਸੀਂ ਇਹ ਕੁਝ ਬਣਾ ਦਿੱਤਾ ਪਰ ਗੱਲ ਕੀ ਸੀ ਸਤਗੁਰੂ ਗੁਰਨਾਨਕ ਸਾਹਿਬ ਨੇ ਵਿਚਾਰ ਕੀਤੀ ਕਹਿੰਦੇ ਕਰਨ ਕਵਨ ਮਾਸ ਸਤਗੁਰੂ ਜੀ ਕਹਿੰਦੇ ਸਾਗ ਵਿਚਾਰਾ ਕਿ ਸਾਗ ਦੇ ਵਿੱਚ ਤੇ ਮਾਸ ਦੇ ਵਿੱਚ ਅੰਤਰ ਕੀ ਹੈ ਦੱਸੋ ਨਾ ਸਾਰੀਆਂ ਚੀਜ਼ਾਂ ਇੱਕ ਨੇ ਹਰੇਕ ਚੀਜ਼ ਵਿੱਚ ਕਹਿੰਦੇ ਕਰਨ ਮਾਸ ਹੈ ਹਰੇਕ ਚੀਜ਼ ਮਾਸ ਤੋਂ ਬਣੀ ਹੈ ਗੰਨਾ ਜਿਹੜਾ ਹੈ ਕੋਈ ਵੀ ਚੀਜ਼ ਲੈ ਲਓ ਸਤਗੁਰੂ ਜੀ ਕਹਿੰਦੇ ਉਹਦੇ ਵਿੱਚ ਜੀਵ ਜੰਤੂ ਆ ਤੇ ਉਹਨਾਂ ਤੋਂ ਫਿਰ ਮਾਸ ਬਣਦਾ ਅਸੀਂ ਕਿਉਂ ਦੀ ਗੱਲ ਕਰਦੇ ਆ ਤੇ ਕਿਉਂ ਦੀ ਜਦੋਂ ਗੱਲ ਪੜਾਂਗੇ ਆਪਾਂ ਤੇ ਉਹ ਵੀ ਜੀਵ ਛੋਟੇ ਛੋਟੇ ਜਵਾਨੂ ਹੁੰਦੇ ਆ ਉਹ ਫੜਦੇ ਆ ਫਿਰ ਕਿਉਂ ਬਣਦਾ ਸੋ ਖੈਰ ਬਾਤ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠਾ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਹ ਗੱਲ ਕੀਤੀ ਕਹਿੰਦੇ ਦੱਸੋ ਖਾਂ ਤੁਹਾਡੇ ਪੰਡਿਤ ਬ੍ਰਾਹਮਣ ਜਦੋਂ ਹੋਮ ਜਗ ਕਰਦੇ ਆ ਉਦੋਂ ਕੀ ਵਰਤਿਆ ਜਾਂਦਾ ਗੈਂਡਾ ਜਿਹੜਾ ਹੈ ਇੱਕ ਗੈਂਡੇ ਦੇ ਚਟਕਾ ਚਟਕਾ ਕੀਤਾ ਜਾਂਦਾ ਕਦੀ ਕਿਸੇ ਬੱਕਰੇ ਦਾ ਚਟਕਾ ਕਰਦੇ ਹੋ ਕਦੀ ਕਿਸੇ ਕਿਉਂਕਿ ਆਸਾ ਕੀ ਵਾਰ ਜਦੋਂ ਪੜਦੇ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਭਾਈ ਕਹਿੰਦੇ ਉਦੋਂ ਤੁਸੀਂ ਕਰ ਲੈਂਦੇ ਹੋ ਸਭ ਕੁਝ ਪਰ ਜਦੋਂ ਵਿਚਾਰ ਦੀ ਗੱਲ ਆਵੇ ਸੂਰੀਆ ਗ੍ਰਹਿਣ ਦੀ ਗੱਲ ਆਵੇ ਉਦੋਂ ਟੋਟਲੀ ਮੁੱਕਰ ਜਾਂਦੇ ਹੋ ਇਹ 도ਗਲੀ ਵਿਚਾਰ ਚਰਚਾ ਕਿਉਂ ਹੈ ਇਹ 도ਗਲਾਪਨ ਕਿਉਂ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਹਮਣੇ ਬਿਠਾ ਕੇ ਨਾਨੂ ਪੰਡਤ ਨੂੰ ਐਸੀਆਂ ਐਸੀਆਂ ਉਦਾਹਰਨਾਂ ਦਿੱਤੀਆਂ ਤੇ ਨਾਨੂ ਪੰਡਤ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੈਪਿਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟੈਪਿਆ ਕਹਿੰਦਾ ਸਤਿਗੁਰੂ ਮੈਨੂੰ ਬਖਸ਼ ਦਿਓ ਕਿਉਂਕਿ ਮੈਂ ਆਪਣਾ ਨਾਮ ਨਾਨਕ ਰਖਾਈ ਫਿਰਦਾ ਸਾਂ ਪਰ ਮੈਂ ਹੁਣ ਆਪਣੇ ਨਾਮ ਦੇ ਨਾਲੋਂ ਕੱਕਾ ਕੱਟਦਾ ਵਾਂ ਮੇਰਾ ਨਾਮ ਹੁਣ ਨਾਨੂ ਹੈ ਮੇਰਾ ਨਾਮ ਨਾਨਕ ਨਹੀਂ ਹੈ ਸਤਿਗੁਰੂ ਗੁਰਨਾਨਕ ਤੁਸੀਂ ਹੋ ਕਿਉਂਕਿ ਤੁਹਾਡੇ ਬਾਰੇ ਮੈਂ ਪੜਿਆ ਸੀ ਆਉਣ ਵਾਲੇ ਸਮੇਂ 'ਚ ਕਲਯੁਗ ਦੇ ਅੰਦਰ ਇੱਕ ਅਵਤਾਰ ਗੁਰਨਾਨਕ ਸਾਹਿਬ ਹੋਵੇਗਾ ਜਿਹੜਾ ਕੁੱਲ ਜਹਾਨ ਨੂੰ ਸਮੁੱਚੀ ਦੁਨੀਆ ਨੂੰ ਤਾਰੇਗਾ ਜਿਹੜਾ ਪੰਡਤ ਲੋਕਾਂ ਦੀਆਂ ਕੰਡਾ ਲਵਾਉਂਦਾ ਸੀ ਜਿਹੜਾ ਪੰਡਤ ਲੋਕਾਂ ਦੇ ਅੱਗੇ ਲੋਕਾਂ ਨੂੰ ਆਪਣੇ ਅੱਗੇ ਝੁਕਾ ਦਿੰਦਾ ਸੀ ਲੋਕ ਉਹਦੇ ਅੱਗੇ ਮੱਥੇ ਟੇਕ ਦਿੰਦੇ ਸਨ ਅੱਜ ਉਹ ਨਾਨੂ ਪੰਡਿਤ ਗੁਰਨਾਨਕ ਸਾਹਿਬ ਦੇ ਅੱਗੇ ਡੰਡੌਤ ਪਿਆ ਕਰਦਾ ਗੁਰਨਾਨਕ ਸਾਹਿਬ ਦੇ ਅੱਗੇ ਲੰਮਾ ਪੈ ਕੇ ਡੰਡੌਤ ਕੀਤੀ ਤੇ ਜਿਹੜੇ ਡੰਡੇ ਫੜ ਕੇ ਖਲੋਤੇ ਸਨ ird gird ਜਿਹੜੇ ਟਕੂਏ ਲੈ ਕੇ ਖਲੋਤੇ ਸਨ ird gird ਜਦੋਂ ਐਡਾ ਵੱਡਾ ਵਿਦਵਾਨ ਗੁਰਨਾਨਕ ਦੇ ਚਰਨਾਂ ਤੇ ਡਿੱਗ ਪਿਆ ਤੇ ਸਚਾਈ ਹੈ ਉਹ ਡੰਡੇ ਲੈ ਕੇ ਜਿਹੜੇ ਖੜੇ ਸਨ ਨਾਨੂ ਪੰਡਿਤ ਦੇ ਨਾਲਦਿਆਂ ਦੇ ਖੱਥਾਂ ਚੋਂ ਡੰਡੇ ਛੁੱਟ ਗਏ ਉਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟੈਪੇ ਸਤਿਗੁਰਾਂ ਦੇ ਚਰਨਾਂ ਤੇ ਟੈਪੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਦੱਸੋ ਚਲੋ ਆਪਾਂ ਇਹ ਗੱਲ ਮੰਨ ਦਿਆ ਇੱਕ ਗੱਲ ਇਹਦੇ ਚੋਂ ਮੈਂ ਇਹ ਵਿਚਾਰੀ ਇਤਿਹਾਸ ਵਿੱਚ ਨਹੀਂ ਲਿਖੀ ਪਰ ਇਹ ਕਹਿ ਲਓ ਵੀ ਜਿਹੜੇ ਇਹ ਮੰਨਦਿਆ ਵੀ ਅੱਜ ਸੂਰੀਆ ਗ੍ਰਹਿਣ ਹੈ ਜੀ ਅੱਜ ਵਰਤ ਰੱਖਣਾ ਜੀ ਜਾਂ ਜਿਹੜੀਆਂ ਔਰਤਾਂ ਜਾਂ ਮੰਦੇ ਵਰਤ ਰੱਖਦੇ ਆ ਉਹਨਾਂ ਦੀ ਪਰਦਾਇ ਜਾਂ ਰਾਜੇ ਨੇ ਕਿਹਾ ਵੀ ਅੱਜ ਵਰਤ ਰੱਖਣਾ ਤੇ ਫਿਰ ਇਹ ਦੱਸੋ ਬਿਆਲੀ ਲੱਖ ਜੂਨਾ ਜਲ ਵਿੱਚ ਨੇ ਉਹਨਾਂ ਦੇ ਮੂੰਹ ਕਿਵੇਂ ਬੰਦ ਕਰਾਓਗੇ ਚਿੜੀਆਂ ਨੇ ਹੋਰ ਜੀਵ ਜੰਤੂ ਨੇ ਉਹਨਾਂ ਦੇ ਮੂੰਹ ਕਿਵੇਂ ਬੰਦ ਕਰਾਓਗੇ ਖੇਤਰ ਦੀ ਧਰਤੀ ਦੀ ਗੱਲ ਕਰ ਲਈਏ ਉਹਨਾਂ ਕਿਹਾ ਵੀ ਖੇਤਰ ਦੀ ਧਰਤੀ ਤੇ ਕਿਤੇ ਕੋ ਚੁੱਲਾ ਨਹੀਂ ਬਲੇਗਾ ਤੇ ਖੇਤਰ ਦੀ ਧਰਤੀ ਤੇ ਚਿੜੀਆਂ ਵੀ ਰਹਿੰਦੀਆਂ ਹੋਣਗੀਆਂ ਬਗਲੇ ਵੀ ਰਹਿੰਦੇ ਕੋਣ ਕੇ ਜਿਹੜੇ ਡੱਡੀਆਂ ਤੇ ਮੱਛੀਆਂ ਖਾਂਦੇ ਆ ਉਸ ਜਗ੍ਹਾ ਦੇ ਉੱਪਰ 42 ਲੱਖ ਜੂਨਾ ਜਲ ਵਿੱਚ ਉਹ ਵੀ ਰਹਿੰਦੀਆਂ ਹੋਣਗੀਆਂ ਕਿਦਾ ਕਿਦਾ ਮੂੰਹ ਬੰਦ ਕਰਾਓਗੇ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਸਾਰੀ ਖਾ ਰਿਆ ਤੇ ਖਾਣ ਤੋਂ ਬਿਨਾ ਇਹ ਜ਼ਿੰਦਗੀ ਨਹੀਂ ਹੈ ਜੀਵਨ ਨਹੀਂ ਹੈ ਇੱਕ ਦਿਨ ਦਾ ਰੱਖੇ ਕੋਈ ਵਰਤਨਾ ਰੱਬ ਨਹੀਂ ਮਿਲਣਾ ਰੱਬ ਮਿਲਣਾ ਉਹਦੀ ਬੰਦਗੀ ਕਰਕੇ ਉਹਦਾ ਸਿਮਰਨ ਕਰਕੇ ਸਿਮਰਨ ਕਰਕੇ ਰੱਬ ਮਿਲੇਗਾ ਵਰਤ ਰੱਖ ਕੇ ਰੱਬ ਨਹੀਂ ਮਿਲਣਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਸਾਹਿਬ ਕਹਿੰਦਿਆ ਨਾ ਕਿ ਛੋਡਾ ਅੰਨ ਕਰਾ ਪਖੰਡ ਨਾ ਉਹ ਸੁਹਾਗ ਨਾ ਉਹ ਅਰੰਡ ਵਰਥਾਂ ਦੇ ਨਾਲ ਨਹੀਂ ਗੱਲ ਬੰਨੀ ਜਦੋਂ ਗੱਲ ਬਣੇਗੀ ਉਹ ਗੁਰੂ ਦੇ ਸਿਮਰਨ ਨਾਲ ਬਣੇਗੀ ਮਾਲਕ ਨਾਲ ਜੁੜ ਕੇ ਗੱਲ ਬਣੇਗੀ ਵੱਡੇ ਵੱਡੇ ਵਿਦਵਾਨ ਸਤਗੁਰੂ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕੇ ਆ ਇਹਨਾਂ ਦੀ ਕੰਡ ਲਵਾਈ ਨਾਨੂ ਪੰਡਿਤ ਵਰਗਿਆਂ ਦੀ ਤੇ ਨਾਨੂ ਪੰਡਿਤ ਗੁਰਨਾਨਕ ਦਾ ਸਿੱਖ ਬਣ ਗਿਆ ਤੇ ਸਿੱਖ ਬਣ ਕੇ ਉਹਨੇ ਫਿਰ ਸਤਗੁਰੂ ਦੀ ਕਿਰਪਾ ਦੇ ਸਦਕਾ ਪ੍ਰਚਾਰ ਕੀਤਾ ਰਾਜਾ ਜਿਹੜਾ ਸੀ ਉਹ ਵੀ ਗੁਰਨਾਨਕ ਸਾਹਿਬ ਦੀ ਸ਼ਰਨ ਵਿੱਚ ਆਇਆ ਜਦੋਂ ਨਾਨੂ ਪੰਡਤ ਨੇ ਦੱਸਿਆ ਗੁਰੂ ਨਾਨਕ ਸਾਹਿਬ ਆਏ ਆ ਦੁਨੀਆਂ ਦੇ ਸੰਸਾਰ ਦੀ ਧਰਤੀ ਨੂੰ ਤਾਰਨ ਦੇ ਲਈ ਆਏ ਆ ਅਵਤਾਰ ਨੇ ਮਾਲਕ ਦੀ ਕਿਰਪਾ ਸਦਕਾ ਬੜੇ ਗੁਣ ਹਨ ਇੰਨਾਂ 'ਚ ਵਿਦਵਾਨਾਂ ਦੇ ਵਿਦਵਾਨ ਨੇ ਗੁਰੂ ਨਾਨਕ ਸਾਹਿਬ ਤੇ ਉੱਥੋਂ ਦਾ ਰਾਜਾ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਟਹਿ ਪਿਆ ਸਤਿਗੁਰਾਂ ਦੇ ਅੱਗੇ ਡੰਡਉਤ ਵੰਦਨਾ ਕੀਤੀ ਨਮਸਕਾਰ ਕੀਤੀ ਸਤਿਗੁਰਾਂ ਨੇ ਇੱਕ ਇੱਕ ਗੱਲ ਉਹਨਾਂ ਨੂੰ ਸਮਝਾਉਣਾ ਕੀਤੀ ਵੀ ਜਿਹੜੀ ਚੀਜ਼ ਤੁਸੀਂ ਪਿਓ ਹਾਂ ਜਿਹੜੀ ਗੱਲ ਸੀ ਕਹਿੰਦੇ ਬਾਅਦ ਦੇ ਵਿੱਚ ਕੀ ਹੋਇਆ ਕਹਿੰਦੇ ਫਿਰ ਤੁਸੀਂ ਆ ਰਿੰਨ ਕੀ ਰਿਓ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਤੇ ਖੀਰ ਬਣਾਈਏ ਤੁਹਾਡੇ ਨਾਲ ਦੇਣ ਤੁਹਾਨੂੰ ਝੂਠ ਮਾਰਿਆ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹ ਕਹਿੰਦੇ ਖੀਰ ਬਤਾਈ ਖੀਰ ਜਿਹੜੀ ਸੀ ਉਹ ਬਣਾਈ ਹੋਈ ਵਰਤਾਈ ਸਾਰਿਆਂ ਨੂੰ ਰਾਜੇ ਨੇ ਵੀ ਛਕੀ ਨਾਨੂ ਪੰਡਤ ਨੇ ਵੀ ਔਰ ਜਿਹੜੇ ਉੱਥੇ ਨਾਲ ਗਏ ਸਨ ਉਹਨਾਂ ਵੀ ਉਹ ਖੀਰ ਜਿਹੜੀ ਸੀ ਛਕੀ ਹੈ ਉਹਦਾ ਸੇਵਨ ਕੀਤਾ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਕਤ ਸਮਝਾਉਣ ਦੇ ਲਈ ਇਹ ਮਾਸ ਦੀ ਜੋ ਚੱਲ ਰਹੀ ਸੀ ਚਰਚਾ ਅੱਜ ਵੀ ਚੱਲਦੀ ਹੈ ਜੀ ਸਾਡੇ ਚ ਕਿਉਂਕਿ ਜਿਹੜੇ ਵੱਡੇ ਵਿਦਵਾਨ ਨੇ ਉਹ ਕਹਿੰਦੇ ਕਦੀ ਇਸ ਵਿਸ਼ੇ ਤੇ ਗੱਲ ਨਾ ਕਰੋ ਇਹ ਮੁੱਦੇ ਨਾਲ ਵਿਵਾਦਤ ਮੁੱਦੇ ਨੇ ਇਹਨਾਂ ਨੂੰ ਨਾ ਛੇੜੋ ਕਿਉਂਕਿ ਅੱਜ ਤੱਕ ਅਸੀਂ ਕਲੀਅਰ ਨਹੀਂ ਕਰ ਸਕੇ ਇਸ ਚੀਜ਼ ਨੂੰ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਇਹ ਵਿਸ਼ੇ ਜਿਹੜੇ ਹਨ ਇਹਨਾਂ ਨੂੰ ਛੇੜੋ ਨਾ ਇਹਨਾਂ ਤੇ ਮਿੱਟੀ ਪਾਓ ਪਰ ਵਿਚਾਰ ਕਰਨ ਚ ਕੁਝ ਨਿਕਲੇਗਾ ਜਦੋਂ ਵਿਚਾਰ ਕਰੋਗੇ ਫਿਰ ਕੁਝ ਨਾ ਕੁਝ ਅਸੀਂ ਕੱਢ ਸਕਾਂਗੇ ਕਿਉਂ ਸਤਿਗੁਰਾਂ ਨੇ ਕਿਹਾ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਦੋਂ ਸ਼ਬਦ ਨੂੰ ਵਿਚਾਰੋਗੇ ਤੇ ਫਿਰ ਸਾਨੂੰ ਸਮਝ ਆਏਗੀ ਕਨਸੈਪਟ ਕੀ ਹੈ ਗੁਰਬਾਣੀ ਦਾ ਗੁਰਬਾਣੀ ਕੀ ਕਹਿੰਦੀ ਹੈ ਸਾਨੂੰ ਉਸ ਮੁਤਾਬਕ ਆਪਾਂ ਜੀਵਨ ਬਤੀਤ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ